ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕ ਸਭਾ ਚੋਣ ਇਕੱਲੇ ਲੜਨ ਜਾ ਰਹੀ ਹੈ। ਆਹ ਫੈਸਲਾ ਪਾਰਟੀ ਨੇ ਲੋਕਾਂ ਦੀ ਰਾਏ, ਪਾਰਟੀ ਦੇ ਵਰਕਰਸ ਦੀ ਰਾਏ, ਲੀਡਰ ਸਾਹਿਬਾਨ ਦੀ ਵੱਖ ਵੱਖ ਰਾਏ, ਉਹਨਾਂ ਸਾਰਿਆਂ ਨੂੰ ਲੈ ਕੇ ਉਹਦੇ ਬਾਅਦ ਪੰਜਾਬ ਦੇ ਭਵਿੱਖ, ਪੰਜਾਬ ਦੀ ਜਵਾਨੀ, ਪੰਜਾਬ ਦੀ ਕਿਸਾਨੀ, ਪੰਜਾਬ ਦੇ ਵਪਾਰੀ, ਪੰਜਾਬ ਦੇ ਸਨਅਤਕਾਰ, ਪੰਜਾਬ ਦੇ ਮਜ਼ਦੂਰ, ਸਾਡਾ ਪਿਛੜਿਆ ਵਰਗ, ਸਾਰਿਆਂ ਦੀ ਬਿਹਤਰੀ ਵਾਸਤੇ, ਇੱਕ ਉੱਜਵਲ ਭਵਿੱਖ ਵਾਸਤੇ ਆਹ ਫੈਸਲਾ ਲਿਆ। ਕਿਉਂਕਿ ਜੋ ਕੰਮ BJP ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨੁਮਾਈ ਦੇ ਵਿੱਚ ਪੰਜਾਬ ਵਾਸਤੇ ਕੀਤੇ ਨੇ, ਕਿਸੇ ਤੋਂ ਓਹਲੇ ਆ ਨਹੀਂ। ਕਿਸਾਨਾਂ ਦੇ ਫਸਲਾਂ ਦਾ ਇੱਕ ਇੱਕ ਦਾਣਾ ਪਿਛਲੇ 10 ਸਾਲ ਚੱਕਿਆ ਗਿਆ MSP 'ਤੇ, ਅਤੇ ਜਿਹੜੀ ਉਹਨਾਂ ਨੂੰ ਉਹਦੀ ਭੁਗਤਾਨ ਹੈ ਹਫ਼ਤੇ ਦੇ ਅੰਦਰ ਅੰਦਰ ਉਹਨਾਂ ਦੇ ਖਾਤਿਆਂ ਦੇ ਵਿੱਚ ਪਹੁੰਚੀ ਹੈ। ਕਰਤਾਰਪੁਰ ਸਾਹਿਬ ਦਾ ਲਾਂਘਾ, ਜਿਹਦੇ ਵਾਸਤੇ ਸਦੀਆਂ ਤੋਂ ਇੱਥੇ ਲੋਕ ਖੁੱਲ੍ਹੇ ਦਰਸ਼ਨ ਦੀਦਾਰਾਂ ਦੀ ਮੰਗ ਕਰਦੇ ਸੀ, ਉਹ ਵੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਰਹਿਨੁਮਾਈ ਦੇ ਵਿੱਚ ਸਾਨੂੰ ਅੱਜ ਆਹ ਜਿਹੜੀ ਕਿਰਪਾਲਤਾ ਵਾਹਿਗੁਰੂ ਨੇ ਜਿਹੜੀ ਮਿਹਰ ਕੀਤੀ ਹੈ, ਬਖਸ਼ਿਸ਼ ਦਿੱਤੀ ਹੈ, ਆਹ ਪ੍ਰਧਾਨ ਮੰਤਰੀ ਮੋਦੀ ਜੀ ਦੀ BJP ਸਰਕਾਰ ਨੂੰ ਆਹ ਬਖਸ਼ਿਸ਼ ਪ੍ਰਾਪਤ ਹੋਈ ਹੈ। ਅਤੇ ਅੱਗੇ ਵੀ ਪੰਜਾਬ ਦਾ ਸੁਨਹਿਰਾ ਭਵਿੱਖ ਆਹ ਮੰਨ ਕੇ ਕਿ ਪੰਜਾਬ ਦੀ ਬਿਹਤਰੀ, ਪੰਜਾਬ ਦਾ ਸੁਰੱਖਿਅਤ ਭਵਿੱਖ ਅਤੇ ਪੰਜਾਬ ਦੀ ਸਰਹੱਦੀ ਮਜ਼ਬੂਤੀ, ਇੱਥੇ ਅਮਨ ਸ਼ਾਂਤੀ ਨੂੰ ਮਜ਼ਬੂਤ ਰੱਖ ਕੇ ਹੀ ਭਾਰਤ ਅੱਗੇ ਤਰੱਕੀ ਕਰ ਸਕਦਾ ਹੈ। ਇਸ ਦੇ ਮੱਦੇਨਜ਼ਰ ਆਹ ਫੈਸਲਾ ਲਿਆ ਗਿਆ, ਅਤੇ ਮੈਨੂੰ ਪੂਰਾ ਯਕੀਨ ਹੈ ਆਉਣ ਵਾਲੇ 1 ਜੂਨ ਨੂੰ ਪੰਜਾਬ ਦੇ ਲੋਕ BJP ਨੂੰ ਹੋਰ ਮਜ਼ਬੂਤ ਬਣਾ ਕੇ ਦੇਸ਼ ਦੀ ਉੱਨਤੀ ਦੇ ਵਿੱਚ ਪੰਜਾਬ ਦਾ ਯੋਗਦਾਨ BJP ਨੂੰ ਵੋਟ ਦੇ ਕੇ ਹੁੰਮਾ ਕੇ ਪਾਣਗੇ। ਕਰ ਰਹੇ ਹੈ ਜੋ ਮੈਨੇ ਪਹਿਲੇ ਵੀ ਕਹਾ, ਜੋ ਸੌਰਵ ਭਾਰਦਵਾਜ ਜੀ ਨੇ ਆਜ PC ਕਰੀ ਹੈ, ਉਹ ਕੇਵਲ ਔਰ ਕੇਵਲ ਫਰੌਡ ਹੈ, ਨੌਟੰਕੀ ਹੈ। ਕੋਈ ਸਰਕਾਰ ਕੇ ਪਾਸ ਅਧਿਕਾਰ ਨਹੀਂ ਹੈ ਐਸੇ। ਮੁੱਖ ਮੰਤਰੀ ADK ਕੀ ਕਸਟਡੀ ਮੇ ਹੈ, ਬਿਨਾ ਕੋਰਟ ਕੇ ਆਰਡਰ ਕੇ ਕੋਈ ਐਸਾ ਕੀਆ ਨਹੀਂ ਜਾ ਸਕਤਾ। ਲੇਕਿਨ ਦੋ ਲੋਕੋ ਕਾ ਧਿਆਨ ਭਟਕਾਨੇ ਕੇ ਲੀਏ, ਲੋਕੋ ਕੀ ਸੰਵੇਦਨਾ ਲੈਣੇ ਕੇ ਲੀਏ, ਉਨਕੀ ਸਿੰਪਤੀ ਲੈਣੇ ਕੇ ਲੀਏ ਯੇ ਸਭ ਕੀਆ ਜਾ ਰਹਾ ਹੈ। ਗਲੀ ਗਲੀ ਮੇ ਸ਼ੋਰ ਹੈ, ਅਨਾਉਂਸ ਕੀਆ ਹੈ ਕਿ ਪੰਜਾਬ ਮੇ ਅਕੇਲੇ ਕੇਜਰੀਵਾਲ ਖਤਮ ਕਰੋ, ਜੀ ਬਿਲਕੁਲ, ਬੀਜੇਪੀ ਪਾਰਟੀ ਨੇ ਤੈਅ ਕੀਆ ਹੈ, ਸੰਜੇ ਗੋਇਲ ਜੀ ਵੀ ਹਮ 13 ਕੀ 13 ਸੀਟੋਂ ਪਰ ਅਕੇਲੇ ਚੁਣਾਵ ਲੜਾਂਗੇ। ਹਮ ਚਾਹਤੇ ਹੈ ਕਿ ਪੰਜਾਬ ਕੇ ਲੋਕੋ ਕੇ ਸਾਥ BJP ਸੀਧਾ ਸੰਪਰਕ ਮੇ ਰਹੇ, ਪੰਜਾਬ ਕੇ ਲੋਕੋ ਕੇ ਮਸਲੇ ਸੀਧੇ ਹੱਲ ਕੀਏ ਜਾਏ। ਯੇ ਬੀਚ ਕੇ ਜੋ ਲੋਕ ਹੈ ਇਨਕੋ ਬੀਚ ਸੇ ਹਟਾਇਆ ਜਾਏ, ਇਸਕੇ ਚਲਤੇ ਪਾਰਟੀ ਅਧਿਕਸ਼ ਜੀ ਕਾ ਜੋ ਫੈਸਲਾ ਹੈ ਕਿ 13 ਕੀ 13 ਸੀਟੋਂ ਪੇ BJP ਮਜ਼ਬੂਤੀ ਸੇ ਖੁਦ ਚੁਣਾਵ ਲੜੇਗੀ ਔਰ ਜ਼ਿਆਦਾ ਸੇ ਜ਼ਿਆਦਾ ਸੀਟੇ ਜਿੱਤਣੇ ਕੇ ਲੀਏ ਲੋਕੋ ਕੇ ਸੇ ਆਕੇ ਆਗ੍ਰਹਿ ਕਰੇਗੀ। ਹਮੇ ਯਕੀਨ ਹੈ ਪੰਜਾਬ ਕੇ ਲੋਕ ਸਬਕੋ ਮੌਕਾ ਦੀਆ, ਕਾਂਗਰਸ ਕੋ ਮੌਕਾ ਦੀਆ, ਅਕਾਲੀ ਦਲ ਕੋ ਦੀਆ, ਆਪਕੋ ਦੀਆ, ਲੇਕਿਨ ਅਬ ਇਤਨੇ ਪਰੇਸ਼ਾਨ ਹੈ, ਉਹ ਬਦਲਣਾ ਚਾਹਤੇ ਔਰ ਮੋਦੀ ਜੀ ਕਾ ਸਾਥ ਦੇਣਾ ਚਾਹਤੇ ਹੈ। ਹਮੇ ਯਕੀਨ ਹੈ ਮੋਦੀ ਜੀ ਕੀ ਜੀਤ ਪੰਜਾਬ ਮੇ ਵੀ ਹੋਗੀ।